Beauty partner as 11 star radio partner, All India Radio and Gold FM 101. Yeah.
ਨੈਕਸਟ ਪਰਫਾਰਮੈਂਸ ਵਾਸਤੇ ਕੇਸ਼ਵੀ ਦਾ ਸੁਨੀਤਾ ਹੁਣ ਮੈਂ ਸਵਾਗਤ ਕਰਨਾ ਚਾਹੂੰਗੀ ਸਾਡੇ ਅਗਲੇ ਕੰਟੈਸਟੈਂਟ ਦਾ ਗੁਰਸਹਿਜ ਗੁਰਸਹਿਜ Thank you.
Thank you.
Thank you.
ਸੀਰੀਅਸ ਹੈ ਲੱਗ ਰਿਹਾ ਮੈਨੂੰ ਇਹ ਤਾਂ ਬਸ ਬੱਚੇ ਨੂੰ ਐ ਨਾ ਬਹੁਤ ਬੱਚਾ ਸੀਰੀਅਸ ਹੋ ਜਾਂਦਾ ਕਿਵੇਂ ਕਿਵੇਂ ਲੱਗੇਗਾ ਬਹੁਤ ਅੱਛਾ ਲੱਗੇ ਪੰਜਾਬੀ ਨਹੀਂ ਬੋਲਣੀ ਆਉਂਦੀ ਹੱਡੀ ਆਉਂਦੀ ਹੱਥ ਕੈਟੀ ਲੱਗਦਾ ਪੰਜਾਬੀ ਦੇ ਥੈਂਕ ਯੂ ਸੋ ਮਚ ਜ਼ੋਰਦਾਰ ਤਾੜੀ ਸੋ ਮੈਂ ਇੱਕ ਪੇਜ ਦੁਆਰਾ ਸਪਾਂਸਰ ਦੇ ਨਾਮ ਲੈਣਾ ਚਾਹੁੰਦਾ ਜੀ ਪਾਵਰਡ ਬਾਈ ਨੀਲਮ ਐਸੋਸੀਏਟਸ ਇਵੈਂਟ ਪਾਰਟਨਰ ਐਮੀਨੈਂਸ ਪ੍ਰੋਡਕਸ਼ਨ ਕਲੋਥਿੰਗ ਪਾਰਟਨਰ K9 ਲਗਜ਼ਰੀ ਸਟੂਡੀਓਜ਼ ਵੈਡਿੰਗ ਪਾਰਟਨਰ ਗੁਰੂ ਨਾਨਕ ਪਬਲਿਕ ਸਕੂਲ ਬਿਊਟੀ ਪਾਰਟਨਰ S11 ਸਟਾਰ ਸੁਖ ਸੁਨਰ ਸਾਡੇ ਸਪਾਂਸਰਸ ਨੇ ਜੀ ਸ਼੍ਰੀ ਜੀ ਐਂਟਰਪ੍ਰਾਈਜ਼ਸ ਲਕਸ਼ਮੀ ਡਾਇਰਸ ਐਂਡ ਡਰਾਈ ਕਲੀਨਰਸ ਮਿਸ਼ਨਾ ਇੰਟਰਨੈਸ਼ਨਲ ਟੈਲੀਕਾਸਟ ਪਾਰਟਨਰ PDC ਪੰਜਾਬੀ ਐਂਡ ਰੇਡੀਓ ਪਾਰਟਨਰ 98.3 ਰੇਡੀਓ ਮਿਰਚੀ ਸੋ ਜ਼ੋਰਦਾਰ ਤਾੜੀਆਂ ਸਾਡੇ ਸਾਰੇ ਸਪਾਂਸਰਸ ਦੇ ਲਈ ਹਾਂਜੀ ਨੈਕਸਟ ਪਰਫਾਰਮੈਂਸ ਵਾਸਤੇ ਇਬਾਦਤ ਕਰੇ ਇਬਾਦਤ ਕਰਨ ਦੇ ਨਾਲ ਗੱਲ
Shreya Mubolgi
ਸਨਮਾਨ ਚਿੰਨ੍ਹ ਤੁਹਾਨੂੰ ਭੇਟ ਕਰਨਾ ਚਾਹੁੰਦੇ ਹਾਂ। ਤੁਸੀਂ ਆਏ ਹੋ, ਤੁਹਾਡਾ ਇੱਕ ਇੱਕ ਕਦਮ ਮੇਰੇ ਸਿਰ ਉੱਤੇ ਸਾਡੇ TKMA ਦੇ ਸਟੂਡੈਂਟਸ ਲਈ। ਸ਼ੁਕਰੀਆ ਬਹੁਤ ਬਹੁਤ, ਥੈਂਕ ਯੂ ਸੋ ਮਚ, ਥੈਂਕ ਯੂ। ਦਿਲ ਲਾ
ਮੈਨੂੰ ਦਿਲੋਂ ਖੁਸ਼ੀ ਹੈ ਅੱਜ ਦਾ ਪ੍ਰੋਗਰਾਮ ਦੇਖ ਕੇ ਤੇਜਵੰਤ ਕਿੱਟੂ ਇੰਨੇ ਵਧੀਆ ਮਿਊਜ਼ਿਕ ਡਾਇਰੈਕਟਰ ਨੇ ਇੰਨੇ ਵੱਡੇ ਮਿਊਜ਼ਿਕ ਡਾਇਰੈਕਟਰ ਨੇ ਬਹੁਤ ਇਹਨਾਂ ਦਾ ਨਾਮ ਹੈ ਇਹਨਾਂ ਲਈ ਜ਼ੋਰਦਾਰ ਤਾੜੀਆਂ ਪਹਿਲਾਂ ਕਿਉਂਕਿ ਇਹਨਾਂ ਕਰਕੇ ਸਾਰੇ ਇਕੱਠੇ ਹੋਏ ਹਾਂ ਆਪਾਂ ਔਰ ਬੱਚੇ ਕਿਆ ਇੰਨਾ ਵਧੀਆ ਗਾਉਂਦੇ ਨੇ ਇੰਨਾ ਵਧੀਆ ਇਹਨਾਂ ਦੀ ਆਵਾਜ਼ ਸੁਰੀਲੇ ਨੇ ਔਰ ਐਸੇ ਮਿਊਜ਼ੀਸ਼ੀਅਨ ਬੱਚਿਆਂ ਵੱਲ ਵੇਖ ਕੇ ਥੋੜ੍ਹਾ ਸਾੜਾ ਵੀ ਲੱਗ ਰਿਹਾ ਉੱਥੋਂ ਕਿ ਸਾਨੂੰ ਕਦੇ ਵੀ ਮੌਕਾ ਮਿਲਿਆ ਇਸ ਤਰ੍ਹਾਂ ਦਾ ਜਦੋਂ ਆਪਾਂ ਸਾਨੂੰ ਸ਼ੌਕ ਸੀ ਪਰ ਮੌਕਾ ਨਹੀਂ ਮਿਲਿਆ ਉਦੋਂ ਤੇਜਵੰਤ ਕਿੱਟੂ ਆਪ ਛੋਟੇ ਜਿਹੇ ਸੀ ਕਿੱਟੂ ਜੇ ਸੀ ਨਾ ਹੁਣ ਵੀ ਕਿੱਟੂ ਏ ਪਰ ਨਾ ਉਹ ਉਦੋਂ ਹੀ ਕਿੱਟੂ ਮੇਰਾ ਕਿੱਟੂ ਹੁਣ ਐਡਾ ਵੱਡਾ ਹੋ ਗਿਆ ਫਿਰ ਵੀ ਕਿੱਟੂ ਸਾਹਿਬ ਅੱਛਾ ਨਾਮ ਤੋਂ ਨਹੀਂ ਲੱਗਦਾ ਤੁਸੀਂ ਵੱਡੇ ਹੋ ਕਈ ਵਾਰੀ ਨਾਮ ਤੋਂ ਲੱਗਦਾ ਨਾ ਬੰਦਾ ਸੁਲੱਖਣ ਸਿੰਘ ਤੇ ਨਾਮ ਵੱਡਾ ਲੱਗਦਾ ਭਾਵੇਂ ਛੋਟਾ ਜਿਹਾ ਬੱਚਾ ਹੋਵੇ ਕਿੱਟੂ ਇਹ ਨਾਮ ਦਾ ਬੜਾ ਪ੍ਰਭਾਵ ਹੁੰਦਾ ਹੈ ਕਈ ਵਾਰ ਹੁਣ ਦੇਖੋ ਮੇਰੀ ਵਾਈਫ ਹੈ ਉਹ ਬੜੀ ਭੁੱਲੀ ਵਿਚਾਰੀ ਮੇਰੀਆਂ ਕਈ ਆਈਟਮਾਂ ਉਹਦੇ ਤੇ ਬਣਦੀਆਂ ਉਹਨੂੰ ਨਾਮ ਯਾਦ ਨਹੀਂ ਰਹਿੰਦੇ ਮਿਲਣ ਕੋਈ ਆਇਆ ਕਹਿੰਦੀ ਮਿਲਣ ਕੋਈ ਆਇਆ ਸੀ ਪਤਾ ਨਹੀਂ ਕੀ ਨਾਮ ਸੀ ਉਹਦਾ ਕੁਲਵਿੰਦਰ ਬਲਵਿੰਦਰ ਨਹੀਂ ਹਰਵਿੰਦਰ ਰਜਿੰਦਰ ਨਹੀਂ ਬਿੱਟੂ ਹੈ ਕੋਈ ਨਾਮ ਤਾਲਮੇਲ ਤੇ ਮੈਂ ਭਾਜੀ ਦਾ ਜਦੋਂ ਮੈਨੂੰ ਫੋਨ ਆਇਆ ਤੇਜਵੰਤ ਕਿੱਟੂ ਜੀ ਦਾ ਕਿ ਇਸ ਤਰ੍ਹਾਂ ਪ੍ਰੋਗਰਾਮ ਹੈ ਮੈਂ ਬਹੁਤ ਖੁਸ਼ ਹੋਇਆ ਔਰ ਮੇਰੇ ਸੁਪਨੇ ਸੀ ਕਿ ਮੈਂ ਉੱਥੇ ਜਾਵਾਂਗਾ ਕਿਸ ਤਰ੍ਹਾਂ ਦਾ ਪਰ ਮੈਂ ਇੰਨਾ ਵਧੀਆ ਨਹੀਂ ਸੀ ਸੋਚਿਆ ਕਿ ਜਿੱਦਾਂ ਇੱਥੇ ਇੱਕ ਰਿਸਪੈਕਟ ਔਰ ਬੱਚਿਆਂ ਨੂੰ ਸੁਣ ਕੇ ਆਪਣੇ ਆਪ ਨੂੰ ਸਿੱਖਣ ਦਾ ਮੌਕਾ ਮਿਲਿਆ ਔਰ ਮੈਂ ਬਾਹਰ ਉੱਥੇ ਸਾਰੇ ਇੰਟਰਵਿਊ 'ਚ ਵੀ ਇਹੀ ਕਿਹਾ ਕਿ ਸਾਰੇ ਬੱਚਿਆਂ ਨੂੰ ਚਾਹੀਦਾ ਜਿਨ੍ਹਾਂ ਨੂੰ ਸੰਗੀਤ ਦਾ ਸ਼ੌਕ ਹੈ ਇੱਥੇ ਆਓ ਔਰ ਸੱਚਾ ਸੁੱਚਾ ਸੰਗੀਤ ਸਿੱਖੋ ਨਹੀਂ ਤਾਂ ਅੱਜ ਕੱਲ੍ਹ ਦੇ ਜਿਹੜੇ ਗਾਣੇ ਜਾਂ ਜੋ ਚੱਲ ਰਿਹਾ ਤੁਹਾਨੂੰ ਪਤਾ ਹੀ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਤਰ੍ਹਾਂ ਦੇ ਬੱਚੇ ਕਿਉਂਕਿ ਜਿਸ ਤਰ੍ਹਾਂ ਦਾ ਅੱਗੋਂ ਮਾਲ ਹੁਣ ਆ ਰਿਹਾ ਮਾਰਕੀਟ 'ਚ ਉਹ ਚੰਗਾ ਆ ਰਿਹਾ ਪਿਛਲਾ ਮਾਲ ਖਤਮ ਹੋ ਰਿਹਾ ਔਰ
ਚੰਗਾ ਚੰਗਾ ਮਾਲ ਹੈ ਉਹਨੂੰ ਰੱਖ ਲਓ ਤੇ ਇਸ ਤਰ੍ਹਾਂ ਹੀ ਮਾਲ ਚੱਲਦਾ ਰਹੇ ਵਧੀਆ ਵਧੀਆ ਸੰਗੀਤ ਵਧੀਆ ਵਧੀਆ ਹੁਣ ਸਰ ਦੇਖੋ ਅੱਜ ਮੈਂ ਹੁਣੇ ਗਰੇਵਾਲ ਜੀ ਦੇ ਕੋਲ ਬੈਠਾ ਸੀ ਮੈਂ ਗੱਲ ਕਰ ਰਿਹਾ ਮੈਂ ਕਿਹਾ ਤੁਹਾਡਾ ਨਾਮ ਤੁਹਾਡੀ ਪਹਿਚਾਣ ਤੁਹਾਡੀ ਆਵਾਜ਼ ਜਿਸ ਤਰ੍ਹਾਂ ਹਰਭਜਨ ਮਾਨ ਜੀ ਜਾਂ ਲਖਵਿੰਦਰ ਭਾਜੀ ਸਾਡੇ ਬਟਾਲੀ ਬ੍ਰਦਰ ਗੁਰਦਾਸ ਮਾਨ ਸਾਹਿਬ ਇਹ ਜਿੰਨੇ ਵੀ ਵੱਡੇ ਵੱਡੇ ਕਲਾਕਾਰ ਜਿਹਨਾਂ ਦਾ ਇਹਨਾਂ ਦੀਆਂ ਲੋਕੀ ਮਿਮਿਕਰੀਆਂ ਕਰਦੇ ਆਵਾਜ਼ਾਂ ਕੱਢਦੇ ਨੇ ਕਿਉਂਕਿ ਜੋ ਕਲਾਕਾਰ ਨੇ ਆਪਣੀ ਪਹਿਚਾਣ ਬਣਾਈ ਹੁੰਦੀ ਬੰਦਾ ਉਹਦੀ ਆਵਾਜ਼ ਕੱਢਦਾ ਇਹਨਾਂ ਲਈ ਜ਼ੋਰਦਾਰ ਤਾਲੀਆਂ ਹੋ ਜਾਣ ਸੱਚੀ ਮੁੱਚੀ ਦੇ ਕਲਾਕਾਰ ਬੈਠੇ ਸਾਡੇ ਵਿੱਚ ਤੇ ਇਸ ਤਰ੍ਹਾਂ ਦੇ ਕਲਾਕਾਰ ਬਣਨਾ ਉਹ ਵੇਖੋ ਛੋਟਾ ਜਿਹਾ ਹਰਭਜਨ ਮਾਨ ਆਇਆ ਉਹਨੇ ਜਦੋਂ ਆਉਂਦੇ ਆ ਸਾਰ ਕਹਿਣਾ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਮੈਨੂੰ ਉਹਦੇ ਲੱਗਿਆ ਵੀ ਹਰਭਜਨ ਮਾਨ ਆ ਗਏ ਨੇ ਹੁਣ ਬੱਚਾ ਗਿਆ ਜੀ ਕਮਾਲ ਹੈ ਹੁਣ ਪਾਪਾ ਹੀ ਸਾਡੇ ਸਟੇਜ ਤੇ ਆਉਂਦੇ ਨੇ ਉਹਨਾਂ ਦੀ ਮਤਲਬ ਇੱਕ ਆਵਾਜ਼ ਗੱਲਬਾਤ ਦੇ ਵਿੱਚ ਇੱਕ ਗੱਲਬਾਤ ਹੁੰਦੀ ਜਨਮ ਦਿਨ ਸੀ ਮੇਰੇ ਬੇਟੇ ਦਾ ਸਾਰਿਆਂ ਨੂੰ ਬੁਲਾਇਆ ਉੱਥੇ ਪਾਪਾ ਹੀ ਵੀ ਆਏ ਮੇਰੀ ਵੋਟੀ ਕਹਿੰਦੀ ਇਹ ਮੁੰਡਾ ਆਇਆ ਸਾਡੇ ਘਰ ਇਹ ਕਿਵੇਂ ਹੋ ਗਿਆ ਮੈਂ ਕਿਹਾ ਪਾਪਾ ਜੀ ਕੀ ਗੱਲ ਮੁੰਡਾ ਨਹੀਂ ਹੋ ਸਕਦਾ ਨਹੀਂ ਤੂੰ ਤਾਂ ਕਮੇਡੀਅਨ ਹੈ ਕਮੇਡੀਅਨ ਦਾ ਕੀ ਗੱਲ ਇਸ ਤਰ੍ਹਾਂ ਛੋਟੀਆਂ ਛੋਟੀਆਂ ਸਾਡੀਆਂ ਚੀਜ਼ਾਂ ਬਣਦੀਆਂ ਰਹਿੰਦੀਆਂ ਖੈਰ ਮੈਂ ਇੱਥੇ ਹੁਣ ਕਾਮੇਡੀ ਨਹੀਂ ਕਰਨੀ ਮੈਂ ਸੰਗੀਤ ਸੁਣਨਾ ਤੇ ਹਾਂਜੀ ਮੈਂ ਚਲੋ ਸੁਰ ਚ ਗਾ ਨਹੀਂ ਪਾਵਾਂਗਾ ਮੈਂ ਉਹਦੇ ਸੁਣਾ ਦਿੰਦਾ ਕਿ ਮੈਨੂੰ ਟਾਈਮ ਘੱਟ ਏ ਜਦੋਂ ਕਲਾਕਾਰ ਨੂੰ ਟਾਈਮ ਘੱਟ ਮਿਲੇ ਤੇ ਉਹਦੇ ਕੋਲ ਗਾਣੇ ਜ਼ਿਆਦਾ ਹੋਣ 20-25 ਗਾਣੇ ਗਾਣੇ ਨੇ ਪਰ 2 ਮਿੰਟ ਦਾ ਟਾਈਮ ਗਾਣਾ ਪਸੰਦ ਆਵੇ ਤੇ ਵਿੱਚੇ ਤਾਲੀ ਵੀ ਆ ਦਿਓ ਨਾ ਆਵੇ ਫਿਰ ਜ਼ੋਰ ਦੀ ਵੀ ਆ ਮੈਨੂੰ ਪਤਾ ਲੱਗਦਾ ਹੋਰ ਸਿੱਖੋ ਠੀਕ ਹੈ ਹਾਂਜੀ ਵਜਾਣਾ ਨਹੀਂ ਨਹੀਂ ਵਜਣਾ ਹੀ ਨਹੀਂ ਮੈਨੂੰ ਪਤਾ ਜਿੱਦਾਂ ਮੈਂ ਗਾਣਾ ਨਹੀਂ ਵਜਣਾ ਖਰਾਬ ਇਹ ਹੋਣਾ ਮੈਂ ਨਾ ਤੁਹਾਡਾ ਲੈਣਾ ਸਹੀ ਵੀ ਆਓ ਸੁਣੋ ਤੁਸੀਂ ਮੈਨੂੰ ਕੋਈ ਵੀ ਫਰਮਾਇਸ਼ ਕਰੋ ਇੱਕ ਗਾਣੇ ਦੀ ਗਾਣਾ ਪੁਰਾਣਾ ਹੋਣਾ ਚਾਹੀਦਾ ਹੈ ਕਿਸ਼ੋਰ ਕੁਮਾਰ ਜੀ ਦਾ ਮੁਹੰਮਦ ਰਫੀ ਸਾਹਿਬ ਦਾ ਦੱਸੋ ਜੀ ਤੁਮ ਮੁਝੇ ਯੂੰ ਭੁਲਾ ਨਾ ਪਾਓਗੇ ਉਹ ਤਾਂ ਠੀਕ ਹੈ ਗਾਣਾ ਕਿਹੜਾ ਹਾਂਜੀ ਸਾਹਮਣੇ ਵਾਲੀ ਹਾਂ ਅੱਛਾ ਜੀ ਵਧਾਈਆਂ ਹੋਣ ਜੀ ਦੇਖੋ ਦੱਸ ਰਹੇ ਨੇ ਕਿ ਮੇਰੇ ਸਾਹਮਣੇ ਵਾਲੀ ਖਿੜਕੀ ਮੈਂ ਚਾਰ ਸੱਤ ਬਣਾ ਰਹਿੰਦਾ ਠੀਕ ਹੈ ਰਹਿੰਦਾ ਹੋਏਗਾ ਗਾਣਾ ਦੱਸੋ ਚਲੋ ਮੈਂ ਆਪਣੇ ਸ਼ੁਰੂ ਕਰ ਦੇਣਾ ਇਹ ਗਾਣੇ ਤੋਂ ਸ਼ੁਰੂ ਕਰਾਂਗਾ ਗਾਣੇ ਦੇਖੋ ਕਿੱਥੇ ਖਤਮ ਹੋ ਗਏ ਕਲਾਕਾਰ ਦਾ ਜਦੋਂ ਕੀ ਚੇਂਜ ਹੁੰਦਾ ਸੁਰ ਤੇ ਉਹਦਾ ਆਪਣਾ ਮੂਡ ਹੈ ਪਤਾ ਨੀ ਕਿੱਧਰ ਤੁਰ ਪਏ ਦੀਏ ਜਲਤੇ ਹੈ ਫੂਲੋਂ ਕਾ ਤਾਰੋਂ ਕਾ ਸਭ ਕਾ ਕਹਿਣਾ ਹੈ ਚਲੋ
ਚਲੋ ਹੁਣ ਮੈਂ ਜਾਂਦੀ ਵਾਰੀ ਜਗਜੀਤ ਸਿੰਘ ਜੀ ਦੀ ਫਰਮਾਇਸ਼ ਦੀ ਇੱਕ ਮੈਂ ਜ਼ਰੂਰ ਪੇਸ਼ ਕਰਾਂਗਾ ਹਾਂਜੀ ਹੁਣ ਵੀ ਆਓ ਹੁਣ ਵੀ ਆਓ ਜੀ ਸੱਚੀ ਮੁੱਚੀ ਸੱਚੀ ਹੁਣ ਤੋਂ ਸੇ ਛੂ ਲੋ ਉਹ ਬੈਠ ਕੇ ਗਾਉਂਦੇ ਨੇ ਸ਼ਰੀਫ ਬੰਦੇ ਜੇ ਕਲੋਤਾ ਵੀ ਨਾ ਤਾਂ ਖਤਮ ਕਰ ਖਤਮ ਕਰ ਮੈਂ ਉਹ ਉਨਕੇ ਜਿਸਾ ਗਾ ਬਣ ਸਕਦਾ ਥੋੜੀ ਸ਼ਕਲ ਬਣਾ ਲੂੰ ਥੱਲੇ ਵਿੱਚ ਸ਼ਰਾਰਤੀ ਲੋਕ ਵੀ ਬੈਠੇ ਹੁੰਦੇ ਨੇ ਤੁਹਾਡੇ ਆਪਣੇ ਹੋਂਡ ਨਹੀਂ ਛੂਹਣਦੇ ਆਪਾਂ ਚ ਲੋਕਾਂ ਨੇ ਕੀ ਛੂਹਣੇ ਹਾਂਜੀ ਸਰ ਸ਼ੁਰੂ ਕਰੋ ਬੱਚੇ ਬੈਠੇ ਪਿੱਛੇ ਇਸ ਤੋਂ ਬਾਅਦ ਨਿਕਾਲੋ ਬਦਮੀ ਜੀ ਕਰ ਰਹਾ ਕਿਆ ਸੁਣਾਓ ਥੱਲੇ ਫਰਮਾਇਸ਼ ਗਜ਼ਲ ਸੁਣਾਓ ਗਜ਼ਲ ਗੱਡੇ ਕਿਲਾ ਚੜ੍ਹਦੀ ਗੱਡੀ ਦੇ ਕਿਲਾ ਚੜ੍ਹਦੀ ਬੋਲੋ ਤਾਰਾ ਲਾਲਾ ਗੱਡੇ ਤੇ ਕਿਉਂ ਚੜ੍ਹ ਰਹੇ ਇਸ ਉਮਰ ਮੇ ਤਾਰਾ ਕਿੱਟੂ ਜੀ ਇਨਕੋ ਸਮਝਾਓ ਕਿੱਟੂ ਜੀ ਸਮਝਾ ਰਹੇ ਦੇਖੋ ਉਹ ਫ੍ਰੀ ਆਏ ਸਾਰੇ ਏਦਾਂ ਕਰੋ ਮੇਰੇ ਦੋਸਤ ਹੈ ਆਰਾਮ ਨਾਲ ਬੈਠੋ ਜੋੜਾਂ ਤਾੜੀਆਂ ਜਗਜੀਤ ਸਿੰਘ ਜੀ ਇਹ ਸਾਰੇ ਇਹਨਾਂ ਨੂੰ ਨਹੀਂ ਪਤਾ ਹੈਗਾ ਤੁਸੀਂ ਭਜਨ ਗਾਓ ਭਜਨ ਬੱਚਿਆਂ ਦਾ ਪ੍ਰੋਗਰਾਮ ਭਜਨ ਗਾਓ ਕਿੱਟੂ ਕੌਣ ਸਾ ਮੁੰਨੀ ਬਦਨਾਮ ਭਜਨ ਗਾਓ ਭਜਨ ਮੁੰਨੀ ਬਦਨਾਮ ਮੁੰਨੀ ਬਦਨਾਮ ਹੋਈ ਤੇਰੇ ਲਈ ਵੋ ਜੰਦੂ ਬਾਹਰ ਹੋਈ ਪੰਜਾਬੀ ਪ੍ਰੋਗਰਾਮ ਇੱਕ ਬੜਕ ਮਾਰੋ ਇਹ ਬੜਕ ਕਿਆ ਹੋਤੀ ਹੈ ਦੁਆ ਦੁਆ ਆਪਾਂ
ਬਹੁਤ ਸ਼ੁਕਰੀਆ ਥੈਂਕ ਯੂ ਕੋ ਜੀ ਸੌਰੀ ਮੈਨੂੰ ਥੱਲੇ ਬੈਠੇ ਇਸ਼ਾਰਾ ਕੀਤਾ ਲਖਵਿੰਦਰ ਵਡਾਲੀ ਜੀ ਨੇ ਕਹਿੰਦੇ ਮੈਂ ਵੀ ਕੁਝ ਸਾਂਝਾ ਕਰਨਾ ਚਾਹੁੰਦਾ ਆਓ ਲਖਵਿੰਦਰ ਜੀ ਤਾੜੀਆਂ ਹੋ ਜਾਣਾ ਇੱਕ ਵਾਰੀ ਇੰਨੀ ਛੇਤੀ ਨਹੀਂ ਆਏਗੀ ਇਹ ਜਾਣ ਕੇ ਨਾ ਤੁਹਾਨੂੰ ਪਹਿਲਾਂ ਤੇ ਕੱਪ ਕਰੋ ਮਨੋਜ ਜੀ ਤੁਸੀਂ ਪਬਲਿਕ ਤੁਹਾਨੂੰ ਸੁਣਨ ਲਈ ਕੁਛ ਬੇਤਾਬ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਹੀ ਪਿਆਰਾ ਫੰਕਸ਼ਨ ਔਰ ਇਸ ਪਿਆਰੇ ਜਿਹੇ ਫੰਕਸ਼ਨ ਦੇ ਉੱਤੇ ਬਹੁਤ ਸਾਰੀਆਂ ਪਿਆਰੀਆਂ ਪਿਆਰੀਆਂ ਹਸਤੀਆਂ ਤਸ਼ਰੀਫ ਫਰਮਾ ਨੇ ਕੁਝ ਮੇਰੇ ਨਾਲ ਸਟੇਜ 'ਤੇ ਖੜ੍ਹੇ ਇਸ ਦੇਸ਼ਕਾਰੀ ਸਾਹਿਬ ਔਰ ਰਿਸ਼ਾਬ ਕਾਮਿਲ ਸਾਹਿਬ ਔਰ ਤੇਜਵੰਤ ਕਿੱਟੂ ਜੀ ਔਰ ਬਹੁਤ ਹੀ ਇਸ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਨਾਮਵਰ ਔਰ ਬੜੇ ਹੀ ਮੰਝੇ ਹੋਏ ਜਿਨ੍ਹਾਂ ਨੂੰ ਮਿਊਜ਼ੀਸ਼ੀਅਨ ਕਹਿ ਸਕਦੇ ਹਾਂ ਮਿਊਜ਼ਿਕ ਡਾਇਰੈਕਟਰ ਕਹਿ ਸਕਦੇ ਹਾਂ ਸਾਡੇ ਸਾਥੀ ਕਹਿ ਸਕਦੇ ਹਾਂ ਸਾਡੇ ਸੀਨੀਅਰਸ ਕਹਿ ਸਕਦੇ ਹਾਂ ਸਾਰੇ ਕੁੱਕੀ ਭਾਅ ਜੀ ਔਰ ਸੋਨੂ ਭਾਅ ਜੀ ਉਹਨਾਂ ਦੇ ਲਈ ਪਰ ਮੈਂ ਚਾਹਾਂਗਾ ਕਿ ਸਾਰਿਆਂ ਦੇ ਲਈ ਜ਼ੋਰਦਾਰ ਤਾੜੀ ਲਾ ਦਿਓ ਬਹੁਤ ਹੀ ਪੰਜਾਬੀ ਇੰਡਸਟਰੀ ਦੇ ਬਹੁਤ ਨਾਮਵਰ ਹਸਤੀਆਂ ਨੇ ਔਰ ਗਰੇਵਾਲ ਸਾਹਿਬ ਦੇ ਲਈ ਇੱਕ ਵਾਰ ਜ਼ੋਰਦਾਰ ਤਾੜੀ ਅਤੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਦੇ ਲਈ ਸਾਡੇ ਦਰਮਿਆਨ ਪਹੁੰਚੇ ਆ ਮੈਂ ਵੀ ਇੰਨੀ ਦੂਰੋਂ ਅੰਮ੍ਰਿਤਸਰ ਤੋਂ ਸਪੈਸ਼ਲੀ ਇਸ ਪ੍ਰੋਗਰਾਮ ਦੇ ਲਈ ਆਇਆ ਔਰ ਮੈਂ ਤੇਜਵੰਤ ਕਿੱਟੂ ਅਕੈਡਮੀ ਦੇ ਜਿੰਨੇ ਵੀ ਸਟੂਡੈਂਟਸ ਨੇ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅੱਜ ਦੇ ਇਸ ਕੰਪੀਟੀਸ਼ਨ ਦੇ ਲਈ ਅਤੇ ਜਿਹੜੇ ਬੱਚਿਆਂ ਨੇ ਅਤੇ ਅੱਜ ਇਹ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਜਜ਼ਬਾ ਉਹਦੇ ਲਈ ਬਹੁਤ ਸਾਰਿਆਂ ਦਾ ਜਜ਼ਬਾ ਜਿਹੜਾ ਉਹ ਅੱਜ ਪਰਖਿਆ ਜਾਏਗਾ ਦੇਖਿਆ ਜਾਏਗਾ ਅਤੇ ਉਹਨਾਂ ਦੇ ਹੁਨਰ ਦੀ ਜਿਹੜੀ ਆ ਉਹ ਇੱਕ ਕਿਸਮ ਦੀ ਇਹ ਪ੍ਰੀਖਿਆ ਵੀ ਹੈ ਅਤੇ ਬੜੀ ਚੰਗੀ ਗੱਲ ਹੈ ਕਿ ਕਦੀ ਕੋਈ ਪਲੇਟਫਾਰਮ ਇੱਦਾਂ ਦਾ ਮਿਲੇ ਜਿਹਦੇ 'ਚ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲੇ ਸੋ ਮੈਂ ਬਹੁਤ ਬਹੁਤ ਧੰਨਵਾਦ ਔਰ ਬਹੁਤ ਬਹੁਤ ਆਪ ਸਭ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਸਪੈਸ਼ਲੀ ਕਿੱਟੂ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਵਧਾਈਆਂ ਜਿੰਨੇ ਵੀ ਜਿੱਥੋਂ ਜਿੱਥੋਂ ਵੀ ਸਾਰੇ ਸਿੱਧੇ ਮਿੱਤਰ ਚੱਲ ਕੇ ਆਏ ਨੇ ਸਭ ਨੂੰ ਵੈਲਕਮ ਜੀ ਆਇਆਂ ਨੂੰ ਖੁਸ਼ ਆਮਦੀਦ ਰੱਬ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੱਖੇ ਜਿਉਂਦੇ ਵਸਦੇ ਰਹੋ ਔਰ ਨਾਲ ਦੀ ਨਾਲ ਮੈਂ ਹੁਣ ਆਪ ਸਭ ਤੋਂ ਲਊਂਗਾ ਆਗਿਆ ਅਤੇ ਅਸੀਂ ਤੁਹਾਨੂੰ ਆਗਿਆ ਦਿੰਦੇ ਹਾਂ ਕਿ ਕੁਛ ਸੁਣਾ ਕੇ ਫਿਰ ਆਗਿਆ ਲਓ ਪਹਿਲਾਂ ਮੈਨੂੰ ਸਨਮਾਨਿਤ ਕਰ ਦਿਓ ਅੱਛਾ ਤੁਸੀਂ ਮਤਲਬ ਇੱਕ ਵਾਰੀ ਮੈਂ ਚਾਹੂੰਗਾ ਇਹਨਾਂ ਦੇ ਫਾਦਰ ਸਾਹਿਬ ਲਈ ਪਰਮ ਸ਼੍ਰੀ ਪੂਰਨਚੰਦ ਗੁਰੂ ਕੀ ਬਡਾਲੀ ਉਹਨਾਂ ਵਾਸਤੇ ਤਾੜੀਆਂ ਮਾਰੋ ਆਓ ਆਗਿਆ ਜੀ ਕੁਛ ਦੋ ਲਫ਼ਜ਼ ਕਵਾਂ ਕਿ ਆਗਿਆ ਹੋਵੇ ਦੋ ਲਫ਼ਜ਼ ਕਹਿ ਦਿਆਂ ਆ ਗਿਆ
ਪੰਜਾਬ ਇੱਕ ਇਸ ਤਰ੍ਹਾਂ ਦੀ ਧਰਤੀ ਰਹੀ ਹੈ
ਉਹਨੇ ਨਾ ਕੁਝ ਨਵਾਂ ਹਮੇਸ਼ਾ ਕੀਤਾ ਔਰ ਉਸ ਨਵੇਂ ਦੀ ਬਾਕੀਆਂ ਨੇ ਰੀਸ ਕੀਤੀ ਹੈ ਤੇ ਇਹ ਪੰਜਾਬ ਦੀ ਪਹਿਲੀ ਫੀਮੇਲ ਮਿਊਜ਼ਿਕ ਪ੍ਰੋਡਿਊਸਰ ਨੇ ਡੋਲਫਿਨ ਤੇ ਉਹ ਹੁਣੇ ਤੁਹਾਡੇ ਸਾਹਮਣੇ ਜਲਵਾਨੁਮਾ ਹੋ ਰਹੇ ਨੇ ਆਓ ਜੀ ਇਹਦਾ ਮਿਊਜ਼ੀਕਲ ਨੇਮ ਹੈ ਜੀ ਡੋਲਫਿਨ ਆਯੁਸ਼ੀ ਵੈਸੇ ਮੈਂ ਦੱਸ ਦਿਆਂ ਕਿ ਅਟਾਰੀ ਸਾਹਿਬ ਇਹ ਮੇਰੀ ਬੇਟੀ ਹੈ ਔਰ ਸਭ ਤੋਂ ਵੱਡੀ ਗੱਲ ਆਹ ਜਿਹੜਾ ਸ਼ੋਅ ਅਸੀਂ ਕਰਾ ਰਹੇ ਹਾਂ ਇਹ ਸ਼ੋਅ ਦੀ ਸਾਰੀ ਮੈਨੇਜਮੈਂਟ ਸਾਰੀ ਅਰੇਂਜਮੈਂਟ ਇਹਨੇ ਕੀਤੀ ਨੇ ਇਕੱਲੀ ਨੇ ਔਰ ਸਕ੍ਰਿਪਟ ਵੀ ਸਾਰੀ ਇਹਨੇ ਲਿਖੀ ਹੈ ਸੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਦੇਖਦਾ ਕਿ ਬੱਚੇ ਵੱਡੇ ਹੋ ਗਏ ਔਰ ਜੋ ਕੰਮ ਅਸੀਂ ਕਰਦੇ ਹਾਂ ਸਾਡਾ ਭਾਰ ਘਟਾ ਰਹੇ ਨੇ ਇਹ ਇਹਦੇ ਬਣਾਏ ਹੋਏ ਗਾਣੇ ਤੁਸੀਂ ਬੜੀ ਜਲਦੀ ਸੁਣੋਗੇ ਔਰ ਇਹਦੀ ਚੋਇਸ ਬੜੀ ਅੱਛੀ ਹੈ ਜੋ ਜਿੱਦਾਂ ਲੈਣੀ ਸਾਹਿਬ ਕਹਿ ਕੇ ਹਟੇ ਨੇ ਉਸ ਤਰ੍ਹਾਂ ਦੇ ਗਾਣੇ ਨਹੀਂ ਕਰਦੀ ਇਹ ਤੇ ਮੈਨੂੰ ਲੱਗਦਾ ਕਿੱਟੂ ਜੀ ਹੁਣ ਤੁਸੀਂ ਚੰਡੀਗੜ੍ਹ ਵੀ ਇੱਕ ਅਕੈਡਮੀ ਲਓ ਜੀ ਫਿਰ ਇਹ ਅੱਜ ਅਨਾਊਂਸਮੈਂਟ ਮੈਂ ਪਹਿਲੇ ਦੱਸ ਦਿਆਂ ਕਿ ਅਸੀਂ ਆਲਰੇਡੀ ਇਹ ਪਲਾਨ ਕੀਤਾ ਨੈਕਸਟ ਮੰਥ ਸਾਡੀ ਚੰਡੀਗੜ੍ਹ ਮਿਊਜ਼ਿਕ ਅਕੈਡਮੀ ਵੀ ਖੁੱਲ੍ਹਣੀ ਹੈ ਅਸੀਂ ਇਹਦੀਆਂ ਬ੍ਰਾਂਚਿਸ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਅਸੀਂ ਬ੍ਰਾਂਚਿਸ ਖੋਲ੍ਹਦੇ ਹਾਂ ਇਹਦਾ ਮਕਸਦ ਇਹ ਨਹੀਂ ਹੈਗਾ ਕਿ ਅਸੀਂ ਬਿਜ਼ਨਸ ਕਰਨਾ ਇਹਦਾ ਮਤਲਬ ਇਹ ਹੈ ਕਿ ਅਸੀਂ ਚੰਗਾ ਮਿਊਜ਼ਿਕ ਜਿਹੜਾ ਉਹ ਸਾਡਾ ਯੂਥ ਜਿਹੜਾ ਜੋ ਅੱਜ ਕੱਲ੍ਹ ਗਾ ਰਿਹਾ ਤੁਸੀਂ ਸੁਣ ਹੀ ਰਹੇ ਹੋ ਪੰਜਾਬ 'ਚ ਕੀ ਚੱਲ ਰਿਹਾ ਇਸ ਟਾਈਮ ਕਿੰਨੀ ਹਨੇਰੀ ਚੱਲੀ ਹੋਈ ਹੈ ਇਸ ਟਾਈਮ ਅਜੀਬੋ ਗਰੀਬ ਗਾਣੇ ਦੇ ਅਤੇ ਮੈਨੂੰ ਬੜਾ ਦੁੱਖ ਲੱਗਦਾ ਜਦੋਂ ਸਾਡੇ ਬੱਚੇ ਉਹ ਗਾਣੇ ਗਾਉਂਦੇ ਨੇ ਕਿਉਂਕਿ ਉਹਨਾਂ ਨੂੰ ਵੀ ਪਤਾ ਕੀ ਚੰਗਾ ਕੀ ਮਾੜਾ ਜਦੋਂ ਅਸੀਂ ਉਹਨਾਂ ਨੂੰ ਦੱਸਾਂਗੇ ਫਿਰ ਪਤਾ ਲੱਗਦਾ ਸੋ ਸਾਡੀ ਅਕੈਡਮੀ ਖੋਲ੍ਹਣ ਦਾ ਮਕਸਦ ਇਹ ਹੈ ਕਿ ਕੋਈ ਚੰਗਾ ਮਿਊਜ਼ਿਕ ਉਹਨਾਂ ਨੂੰ ਸੁਣਾਇਆ ਜਾਵੇ ਕਮਲੀ ਯਾਰ ਦੀ 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 ਕਮਲੀ
ਕੋ ਸਾਰੇ ਗਾਣੇ ਹੀ ਗਾ ਰਹੇ ਆ ਹੋਰ ਵੀ ਗਾ ਹੀ ਨਹੀਂ ਰਿਹਾ ਔਰ ਫਿਰੋਜ਼ ਮੇਰਾ ਭਰਾ ਸੋ ਮੈਂ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿੱਟੂ ਜੀ ਨੂੰ ਉਹਨਾਂ ਦੀ ਸਾਰੀ ਟੀਮ ਨੂੰ ਕਿਉਂਕਿ ਬਹੁਤ ਜ਼ਰੂਰਤ ਸੀ ਇੱਦਾਂ ਦੇ ਇੱਕ ਪਲੈਟਫਾਰਮ ਦੀ ਜਿਹੜੇ ਟਾਈਮ 'ਤੇ ਮੈਂ ਸਟਾਰਟ ਕੀਤਾ ਚਲੋ ਮੈਂ ਵੀ ਕਿੱਟੂ ਜੀ ਦੇ ਨਾਲ ਹੀ ਸ਼ੁਰੂ ਕੀਤਾ ਸੀ ਅਸੀਂ ਇਕੱਠਿਆਂ ਨੇ ਉਦੋਂ ਕਿੱਟੂ ਜੀ ਵੀ ਪੜ੍ਹਾਉਂਦੇ ਸੀਗੇ ਸਕੂਲ ਦੇ ਵਿੱਚ ਤੋ ਇਹਨਾਂ ਦੀ ਵੀ ਪਹਿਲੀ ਟੇਪ ਸੀ ਜਿਹੜੀ ਉਹਨਾਂ ਨੇ ਕੀਤੀ ਸੀ ਪੜ੍ਹਨ ਨਾਨਕੇ ਲਾ ਦੀ ਮੈਂ ਔਰ ਕਿੱਟੂ ਜੀ ਨੇ ਸੋ ਉਦੋਂ ਕੋਈ ਇੱਦਾਂ ਦਾ ਪਲੈਟਫਾਰਮ ਨਹੀਂ ਸੀ ਜਿੱਥੇ ਜਾ ਕੇ ਸਿੱਖਿਆ ਜਾ ਸਕਦਾ ਹੋਵੇ ਮੈਂ ਜੇ ਆਪਣਾ ਟਾਈਮ ਯਾਦ ਕਰਾਂ ਤਾਂ ਮੈਂ ਪਲੱਸ ਵਨ ਦੇ ਵਿੱਚ ਇੱਥੇ ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ ਉੱਥੇ ਐਡਮਿਸ਼ਨ ਲਈ ਤੋ 5 ਵਜੇ ਸਵੇਰੇ ਪਿੰਡੋਂ ਬੱਸ ਫੜਨੀ ਸਿਆਲਾਂ ਦੇ ਵਿੱਚ ਵੀ ਤੋ ਫਿਰ ਕਿਦਵਈ ਨਗਰ ਮੈਂ ਸਿੱਖਣ ਜਾਂਦਾ ਹੁੰਦਾ ਸੀ ਬੱਸ ਸਟੈਂਡ ਤੋਂ ਸਾਈਕਲ ਚੱਕਣਾ 2.5 ਕਿਲੋਮੀਟਰ ਉੱਥੋਂ ਸਾਈਕਲ ਚਲਾ ਕੇ ਠੰਡ ਦੇ ਵਿੱਚ ਜਾਣਾ ਸੋ ਫਿਰ ਵੀ ਸਿਖਾਉਣ ਵਾਲਿਆਂ ਦਾ ਮੂਡ ਹੁੰਦਾ ਸੀ ਕਿ ਜਿੱਦਣ ਮਾੜਾ ਮੋਟਾ ਸਿਖਾਤਾ ਤਾਂ ਸਿਖਾਤਾ ਨਹੀਂ ਤਾਂ ਬਹਿ ਬੂ ਕੇ ਬੁਲੇ ਹੁੰਦੇ ਸੀ ਸੋ ਇੱਦਾਂ ਦਾ ਪ੍ਰੋਫੈਸ਼ਨਲ ਇੱਕ ਪਲੈਟਫਾਰਮ ਕਿਤੇ ਨਹੀਂ ਸੀਗਾ ਸੋ ਇਹ ਬਹੁਤ ਜ਼ਿਆਦਾ ਵਧੀਆ ਜਿਹੜਾ ਕਾਰਜ ਉਹ ਕਿੱਟੂ ਜੀ ਨੇ ਕੀਤਾ ਇੱਕ ਵਾਰੀ ਕੱਢ ਕੇ ਤਾੜੀਆਂ ਬੈਠ ਕੇ ਤਾੜੀਆਂ ਡੇਢੀਆਂ ਵੱਜਦੀਆਂ ਪਰ ਪਹਿਲੇ ਦਰ ਸਾਹਿਬ ਨੂੰ ਕਹਿੰਦਾ ਸੀ ਕਿੱਟੂ ਜੀ ਨੇ ਇੰਨੀਆਂ ਤਾੜੀਆਂ ਮਾਰ ਕੇ ਵਾਰ ਵਾਰ ਮਿਲਣਾ ਵਾ ਤੁਹਾਡੇ ਸਾਰਿਆਂ ਦੇ ਹੱਥ ਦੁਖਦੇ ਹੋਣੇ ਆ ਪਰ ਫਿਰ ਵੀ ਇਸ ਅਕੈਡਮੀ ਲਈ ਜ਼ਰੂਰ ਤਾੜੀਆਂ ਬਣਦੀਆਂ ਔਰ ਕਿਉਂਕਿ ਨਹੀਂ ਤਾਂ ਬੰਦੇ ਨੂੰ ਰਾਹ ਹੀ ਨਹੀਂ ਮਿਲਦਾ ਕਿ ਮੈਂ ਕਿੱਥੇ ਜਾ ਕੇ ਸਿੱਖਾਂ ਕੋਈ ਇੱਦਾਂ ਦਾ ਪਲੈਟਫਾਰਮ ਨਹੀਂ ਸੀ ਸੋ ਇਹ ਬਹੁਤ ਜ਼ਰੂਰੀ ਸੀ ਸੋ ਅੱਜ ਇੱਕ ਹੋਰ ਜਾਣ ਕੇ ਖੁਸ਼ੀ ਹੋਈ ਹੈ ਕਿ ਕਿੱਟੂ ਜੀ ਬਾਕੀ ਜਿਹੜੇ ਸਾਡੇ ਮੇਨ ਮੇਨ ਸ਼ਹਿਰ ਹੈਗੇ ਆ ਉੱਥੇ ਵੀ ਇਸ ਅਕੈਡਮੀ ਦੀਆਂ ਜਿਹੜੀਆਂ ਬ੍ਰਾਂਚਿਸ ਹੈਗੀਆਂ ਉਹ ਖੋਲ੍ਹ ਰਹੇ ਆ ਸੋ ਬੜੀ ਚੰਗੀ ਗੱਲ ਆ ਮੇਰੀਆਂ ਸ਼ੁਭਕਾਮਨਾਵਾਂ ਉਹਨਾਂ ਨੂੰ ਬਹੁਤ ਜ਼ਿਆਦਾ ਸਾਰੀ ਟੀਮ ਨੂੰ ਔਰ ਸਾਡੀ ਗੁੜੀਆ ਜਿਹਨੇ ਅੱਜ ਇਹ ਸਾਰਾ ਮੈਨੇਜ ਕੀਤਾ ਫੰਕਸ਼ਨ ਮੈਂ ਪਹਿਲੇ ਕਹਿ ਕੇ ਹਟਿਆ ਕਿ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਔਰਗਨਾਈਜ਼ ਕੀਤਾ ਹੋਇਆ ਫੰਕਸ਼ਨ ਆ ਹੈ ਨਾ ਕਿ ਕੋਈ ਹੁੱਲੜਬਾਜ਼ੀ ਨਹੀਂ ਹੈ ਕੋਈ ਖਿੱਚ ਧੂ ਨਹੀਂ ਹੈ ਹਰ ਬੰਦਾ ਵਧੀਆ ਤਰੀਕੇ ਨਾਲ ਬੈਠ ਕੇ ਇੰਜੋਏ ਕਰ ਰਿਹਾ ਸੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਦੇਖਦੇ ਦੇਖਦੇ ਇੱਡੀ ਵੱਡੀ ਹੋ ਗਈ ਸੋ ਬੜਾ ਚੰਗਾ ਲੱਗਿਆ ਤੁਹਾਨੂੰ ਸਾਰਿਆਂ ਨੂੰ ਦੁਆਵਾਂ ਔਰ ਜਿੰਨੇ ਸਾਡੇ ਆਰਟਿਸਟ ਸਾਡੇ ਛੋਟੇ ਭਰਾ ਜਿੰਨੇ ਪਰਫੋਰਮ ਕਰਕੇ ਗਏ ਸਾਰਿਆਂ ਨੂੰ ਮੈਂ ਬਹੁਤ ਬਹੁਤ ਦੁਆਵਾਂ ਆਪਣੇ ਵੱਲੋਂ ਦਿੰਦਾ ਮਾਲਕ ਸਭ ਦੀ ਚੜ੍ਹਦੀ ਕਲਾ ਰੱਖੇ ਬਹੁਤ ਬਹੁਤ ਸ਼ੁਕਰੀਆ ਭਾਈ ਦੀ ਬਿੱਲ ਮਾਰੀ ਹੈ 15 ਲੱਖ ਕਦੋਂ ਆਊਗਾ ਜਿਹੜੇ ਤੁਹਾਡੇ ਨਾਲ ਵਾਅਦੇ ਹੋਏ ਆ ਉਹ ਕਦੋਂ ਆਉਣਗੇ ਭਾਈ ਦੱਸਣਗੇ 10 ਮਈ ਫਿਰ ਤੁਸੀਂ ਬੈਗ ਬੂਗ ਰੈਡੀ ਰੱਖੋ ਤੁਸੀਂ 15 ਲੱਖ ਆਊਗੀ ਅਸੀਂ ਇਕੱਠੀ ਵੰਡ ਦੇਣੇ ਆ ਅਸੀਂ ਔਰ ਮੇਰਾ ਔਰ ਗੁਰਲੇਸ ਹੋਰਾਂ ਦਾ ਹੁਣੇ ਹੁਣੇ ਗਾਣਾ ਉਸੇ ਫਿਲਮ ਦਾ ਰਿਲੀਜ਼ ਹੋਇਆ ਜਿਹੜਾ ਚੱਲਦਾ ਹੈ ਹੱਥ ਥੋੜ੍ਹਾ ਟੈਟ ਜੱਟ ਦਾ ਹੈ ਨਾ ਤੋ ਫਿਲਮ ਸਾਡੀ ਆ ਰਹੀ ਆ 10 ਮਈ ਨੂੰ 15 ਲੱਖ ਕਦੋਂ ਆਊਗਾ ਔਰ ਮੈਂ ਇੱਕ ਮੇਰੇ ਲਾਈਨਾਂ ਕੁਛ ਯਾਦ ਆ ਰਹੀਆਂ ਜਿਹੜਾ ਮੇਰਾ ਦਿਲ ਕਰਦਾ ਕਿ ਮੈਂ ਪੇਰੈਂਟਸ ਲਈ ਕਹਾਂ ਹੈ ਨਾ ਜਿਹੜੇ ਇੱਥੇ ਮਾਂ ਬਾਪ ਬੈਠੇ ਆ ਆਪਣੇ ਬੱਚਿਆਂ ਨੂੰ ਇੰਨੀਆਂ ਅੱਛੀਆਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਆ ਹੈ ਨਾ ਕਿਉਂਕਿ ਹੁਣੇ ਹੁਣੇ ਇੱਕ ਮੁੰਡਾ ਆਪਣੇ ਫਾਦਰ ਦਾ ਧੰਨਵਾਦ ਕਰਕੇ ਗਿਆ ਸੀ ਸੋ ਮੈਨੂੰ ਬੜਾ ਚੰਗਾ ਲੱਗਿਆ ਕਿਉਂਕਿ ਮਾਂ ਬਾਪ ਜਿੰਨੇ ਐਫਰਟ ਕਰਦੇ ਆ ਬੱਚਿਆਂ ਦੇ ਲਈ ਸੋ 2 ਕੁ ਦਿਨ ਪਹਿਲੇ ਹੀ ਕਿੱਟੂ ਜੀ ਇਹ ਗਾਣਾ ਮੇਰੇ ਕੋਲ ਕਿਸੇ ਨੇ ਭੇਜਿਆ ਸੀ ਸੋ ਮੈਂ ਕੋਸ਼ਿਸ਼ ਕਰਦਾ ਕਿ ਜਿੰਨਾ ਮੈਂ ਇੱਥੇ ਗੁਣਗਣਾ ਦਿੰਦਾ ਥੋੜ੍ਹਾ ਜਿਹਾ ਸੋ ਮੈਨੂੰ ਬੜਾ ਚੰਗਾ ਲੱਗਿਆ ਦਿਲ ਤੋਂ ਕਿ ਇੱਕੋ ਹਾਕ ਤੇ ਜਿਹੜੇ ਪਰਬਤ ਬਣ ਕੇ ਖੜ ਜਾਂਦੇ ਬਿਨਾਂ ਬੋਲਿਆਂ ਬੱਚਿਆਂ ਦੇ ਦੁੱਖ ਨੈਣੋਂ ਪੜ ਜਾਂਦੇ ਮੋਦੀਆਂ 13 ਜਮਾਤਾਂ ਜਿਨ੍ਹਾਂ ਨੇ ਕਰੀਆਂ ਹੁੰਦੀਆਂ ਨੇ ਬਾਬਲ ਹੋਣ ਫਰਿਸ਼ਤੇ ਮਾਵਾਂ ਪਰੀਆਂ ਹੁੰਦੀਆਂ ਬਾਬਲ ਹੋਣ ਫਰਿਸ਼ਤੇ ਓਏ ਮਾਵਾਂ ਪਰੀਆਂ ਹੁੰਦੀਆਂ ਪਤਾ ਨਹੀਂ ਇਹ ਰਿਸ਼ਤਾ ਉਹ ਰੱਬ ਕੈਸਾ ਜੋੜਦਾ ਏ ਮਾਵਾਂ ਜੋੜਨ ਦਾ ਜਿੱਤੇ ਬਾਪੂ ਪੈਸਾ ਜੋੜਦਾ ਏ ਕੱਖੋਂ ਹੋਲੀਆਂ ਪੰਡਾਂ ਸਿਰਾਂ ਤੇ ਧਰੀਆਂ ਹੁੰਦੀਆਂ ਨੇ ਬਾਬਲ ਹੋਣ ਫਰਿਸ਼ਤੇ ਮਾਵਾਂ ਪਰੀਆਂ ਹੁੰਦੀਆਂ ਨੇ ਬਾਬਲ ਹੋਣ
ਰਿਸ਼ਤੇ ਵੇ ਮਹਾਂ ਪਰੀਆਂ ਹੁੰਦੀਆਂ ਨੇ ਯਾ ਖੁਦਾਇਆ ਗੋਸਲ ਦੇ ਸਿਰ ਤੇ ਛਾਂ ਰੱਖੀ ਤੂੰ ਸ਼ੀਸ਼ੇ ਵਿੱਚ ਨਾ ਚੜ ਕੇ ਕੋਈ ਵੀ ਮਾਂ ਰੱਖੀ ਤੂੰ ਸ਼ੀਸ਼ੇ ਵਿੱਚ ਨਾ ਚੜ ਕੇ ਕੋਈ ਵੀ ਮਾਂ ਰੱਖੀ ਤੂੰ ਹੱਡਾਂ ਨਾਲ ਜੋ ਅੰਡਦੀਆਂ ਐਸੀਆਂ ਪਰੀਆਂ ਹੁੰਦੀਆਂ ਨੇ ਪਾਵਲ ਹੋਣ ਫਰਿਸ਼ਤੇ ਮਾਵਾਂ ਪਰੀਆਂ ਹੁੰਦੀਆਂ ਪਾਵਲ ਹੋਣ ਫਰਿਸ਼ਤੇ ਮਾਵਾਂ ਪਰੀਆਂ ਹੁੰਦੀਆਂ ਸੋ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਆਪਣੇ ਮਾਂ ਬਾਪ ਦੀ ਇੱਜ਼ਤ ਕਰੋ ਮੈਂ ਸਮਝਦਾ ਸਭ ਤੋਂ ਜ਼ਿਆਦਾ ਵੱਡਾ ਮੱਕਾ ਮਦੀਨਾ ਸਾਰੇ ਗੁਰੂ ਦੇ ਘਰ ਸਭ ਬਾਅਦ 'ਚ ਨੇ ਸਭ ਤੋਂ ਪਹਿਲਾਂ ਆਪਣੇ ਮਾਂ ਬਾਪ ਦੀ ਕਦਰ ਸਾਨੂੰ ਕਰਨੀ ਚਾਹੀਦੀ ਹੈ ਸੋ ਜਿਹੜੇ ਇੰਨੇ ਐਫਰਟ ਆਪਣੇ ਵੱਲੋਂ ਹਰ ਚੀਜ਼ ਲਈ ਤੁਹਾਡੇ ਲਈ ਕਰਦੇ ਆ ਜੀ ਸਰ ਸਰ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਸਨਮਾਨਿਤ ਕੀਤਾ ਜਾਵੇ ਸਰ ਪਲੀਜ਼ ਹਾਂਜੀ ਹਾਂਜੀ ਇੱਕ ਵਾਰ ਜ਼ੋਰਦਾਰ ਤਾੜੀਆਂ ਰਵਿੰਦਰ ਗਰੇਵਾਲ ਸਾਹਿਬ ਦੇ ਲਈ ਅੱਜ ਦੀ ਮਹਿਫਿਲ ਦੇ ਵਿੱਚ ਰੌਣਕਾਂ ਲਾਉਣ ਵਾਸਤੇ ਸਰਦੀਆਂ ਕੰਮ ਆਊਗੀ ਭਾਅ ਜੀ ਫਿਰੋਜ਼ ਖਾਨ ਸਾਹਿਬ ਇੱਕ ਵਾਰ ਜ਼ੋਰਦਾਰ ਤਾੜੀਆਂ ਫਿਰੋਜ਼ ਖਾਨ ਸਾਹਿਬ ਦੇ ਲਈ ਫਿਰੋਜ਼ ਖਾਨ ਸਾਹਿਬ ਤੋਂ ਆਪਾਂ ਜ਼ਿੱਦ ਨਾਲ ਇੱਕ ਗਾਣਾ ਸੁਣਨਾ ਜੀ ਗੁਰਲੇਜ ਅਖਤਰ ਐਂਡ ਕੁਲਵਿੰਦਰ ਕੈਲੀ ਜੀ ਦੇ ਲਈ ਵੀ ਜ਼ੋਰਦਾਰ ਤਾੜੀਆਂ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸੇ ਮੇਰੇ
Thank you.
Yeah.
ਜਿੰਨੀ ਮਿਹਨਤ ਕਰ ਲਓਗੇ ਉਨੀ ਘੱਟ ਹੈ। ਕਿਸੇ ਵੀ ਸਿਰਫ ਸੰਗੀਤ ਦੀ
ਦੇ ਫੀਲਡ ਦੇ ਵਿੱਚ ਨਹੀਂ, ਕਿਸੇ ਵੀ ਹੁਨਰ ਦੇ ਵਿੱਚ, ਕਿਸੇ ਵੀ ਕਲਾ ਦੇ ਵਿੱਚ, ਕਿਸੇ ਵੀ ਆਰਟ ਦੇ ਵਿੱਚ ਆਪਣੀ ਮਿਹਨਤ ਨੂੰ ਸੰਭਾਲ ਕੇ ਰੱਖੋ। ਔਰ ਦੂਜੀ ਚੀਜ਼ ਸੰਭਾਲਣ ਵਾਲੀ ਹੈ ਆਪਣੇ ਪੈਰ, ਉਹ ਜ਼ਰੂਰ ਸੰਭਾਲ ਕੇ ਰੱਖੋ, ਉਹਨਾਂ ਨੂੰ ਜ਼ਮੀਨ ਦੇ ਨਾਲ ਹੀ ਲਾ ਕੇ ਰੱਖਿਓ ਜਿੱਥੇ ਮਰਜ਼ੀ ਪਹੁੰਚੋ। ਅਤੇ ਬਹੁਤ ਦੁਆਵਾਂ ਤੁਹਾਨੂੰ, ਬਹੁਤ ਚੰਗੀ ਗੱਲ, ਬਹੁਤ ਸ਼ੁਕਰੀਆ ਉਹਨਾਂ ਪੇਰੈਂਟਸ ਦਾ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਇੱਕ ਰਸਤਾ ਦਿਖਾਇਆ ਹੈ, ਜਿਹੜੇ ਕੁਛ ਬਣਨਾ ਚਾਹੁੰਦੇ ਨੇ, ਕੁਛ ਉਡਾਨ ਭਰਨਾ ਚਾਹੁੰਦੇ ਨੇ। ਪੰਜਾਬੀ ਸੰਗੀਤ ਤੋਂ ਅਸਲ ਦੇ ਵਿੱਚ ਮੇਰੇ ਨਾਲ ਵੀ, ਕਿਉਂਕਿ ਸੰਗੀਤ ਦੇ ਨਾਲ ਜੁੜੇ ਹੋਣ ਕਰਕੇ ਮੇਰਾ ਵੀ ਇੱਕ ਰਿਸ਼ਤਾ ਹੈ ਪੰਜਾਬ ਦੇ ਸੰਗੀਤ ਦੇ ਨਾਲ। ਖਾਸ ਕਰ ਜਦ ਮੈਂ ਇਸ ਤਰ੍ਹਾਂ ਦੇ ਗਾਣੇ ਸੁਣਦਾ, ਮੈਂ ਤੁਹਾਡੇ ਸਾਰਿਆਂ ਦੇ, ਤੁਹਾਨੂੰ ਸੁਣ ਕੇ ਪਤਾ ਨਹੀਂ ਕਿ ਚੰਗਾ ਹੀ ਲੱਗੇਗਾ ਮੇਰੇ ਖਿਆਲ ਦੇ ਵਿੱਚ, ਤੁਸੀਂ ਕੋਈ ਗਾਣਾ ਯੂਟਿਊਬ 'ਤੇ ਪਾਉਂਦੇ ਹੋ ਨਾ, ਅਤੇ ਮੈਂ ਉਹ ਗਾਣਾ ਦੇਖਦਾ। ਤੁਸੀਂ ਕੋਈ ਗਾਣਾ ਤਿਆਰ ਕਰਕੇ ਯੂਟਿਊਬ 'ਤੇ ਪਾਉਂਦੇ ਹੋ, ਅਤੇ ਤੁਸੀਂ ਮੰਨ ਕੇ ਚੱਲਿਓ ਜੇ ਤੁਹਾਨੂੰ 1000 ਵਿਊ ਮਿਲਿਆ ਹੋਏਗਾ ਜਾਂ 1,00,000 ਵਿਊ ਮਿਲਿਆ ਹੋਏਗਾ, ਉਹ 'ਚੋਂ 8-10 ਤਾਂ ਮੇਰੇ ਹੀ ਹੋਣਗੇ। ਆਪਣੇ ਆਪ ਨਾਲ ਜੁੜੇ ਰਹੋ, ਆਪਣੀ ਜ਼ਮੀਨ ਨਾਲ ਜੁੜੇ ਰਹੋ, ਆਪਣੇ ਮਾਂ ਬਾਪ ਤੋਂ ਦੁਆਵਾਂ ਮੰਗ, ਆਪਣਾ ਆਸ਼ੀਰਵਾਦ ਲੈਂਦੇ ਰਹੋ, ਅਤੇ ਸਿੱਖਦੇ ਰਹੋ ਯਾਰ। ਸਿੱਖਣ ਦਾ ਕੋਈ ਮਤਲਬ ਕੋਈ ਅੰਤ ਨਹੀਂ ਹੈ, ਅਤੇ ਤੁਸੀਂ ਬਹੁਤ ਤਰੱਕੀ ਕਰੋ। ਬਹੁਤ ਖੁਸ਼ੀ ਹੋਈ, ਬਹੁਤ ਚੰਗੀ ਗੱਲ ਮੈਨੂੰ ਲੱਗੀ ਕਿ ਜਿਸ ਤਰ੍ਹਾਂ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਹੋਣਾ, ਇਸ ਤਰ੍ਹਾਂ ਦੇ ਦੀਆਂ ਮਹਿਫਿਲਾਂ ਦਾ ਹੋਣਾ, ਇਸ ਤਰ੍ਹਾਂ ਦੀ ਤੁਹਾਨੂੰ ਆਡੀਅੰਸ ਮਿਲਣਾ, ਅਤੇ ਇਸ ਤਰ੍ਹਾਂ ਦੀਆਂ ਤੁਹਾਨੂੰ ਅਕੈਡਮੀਆਂ ਮਿਲਣਾ, ਇਹ ਮੈਨੂੰ ਲੱਗਦਾ ਖੁਸ਼ ਨਸੀਬਾਂ ਦੀ ਮਿਲਦੀਆਂ ਹੁੰਦੀਆਂ ਨੇ। ਅਤੇ ਮੈਂ ਜਿਹੜੀ ਫੀਲਡ ਦੇ ਵਿੱਚ ਹਾਂ, ਲਿਖਣ ਦੀ ਫੀਲਡ ਦੇ ਵਿੱਚ, ਉਹ ਮੈਂ ਜਦ ਇਸ ਤਰ੍ਹਾਂ ਆਪਣੇ ਮਾਂ ਬਾਪ ਨੂੰ ਕਹਿੰਦਾ ਹੁੰਦਾ ਸੀ ਮੈਂ ਤਾਂ ਲਿਖਣਾ, ਉਹਨਾਂ ਨੂੰ ਲੱਗਦਾ ਸੀ ਇਹ ਪਤਾ ਨਹੀਂ ਕੀ ਕਰਨਾ ਚਾਹੁੰਦਾ ਯਾਰ, ਇੱਥੇ ਕੋਈ ਕੰਮ ਹੀ ਨਹੀਂ ਹੁੰਦਾ, ਲਿਖਣਾ ਕੋਈ ਕੰਮ ਥੋੜ੍ਹਾ ਹੁੰਦਾ। ਐਟਲੀਸਟ ਤੁਸੀਂ ਇਹ ਕਨਵਿੰਸ ਕਰ ਸਕੇ ਆਪਣੇ ਹੁਨਰ ਦੇ ਨਾਲ ਆਪਣੇ ਪੇਰੈਂਟਸ ਨੂੰ, ਔਰ ਤੁਹਾਡੇ ਪੇਰੈਂਟਸ ਤੁਹਾਡੀ ਇੱਛਾ ਦੇ ਨਾਲ ਤੁਹਾਡੇ ਨਾਲ ਨਾਲ ਚੱਲ ਸਕੇ, ਇਹ ਬਹੁਤ ਵੱਡੀ ਗੱਲ ਹੈ ਯਾਰ ਦੋਸਤੋ। ਬਹੁਤ ਬਹੁਤ ਤੁਸੀਂ ਤਰੱਕੀ ਕਰੋ, ਬਹੁਤ ਤਰੱਕੀਆਂ ਮਾਣੋ, ਅਤੇ ਛੋਟੀ ਜਿਹੀ ਇਹਨੇ ਕਿਹਾ ਸੀ ਤੂੰ ਸੁਣਾ ਦੀ ਛੋਟੀ ਜਿਹੀ ਇੱਕ, ਮੈਂ ਤੁਹਾਨੂੰ ਨਜ਼ਮ ਜੀ ਸੁਣਾ ਦਿਆਂ, ਸੁਣਾ ਦਿੰਦਾ। ਨਜ਼ਮ ਹਿੰਦੀ ਦੇ ਵਿੱਚ ਹੈ ਵੈਸੇ, ਉਹ ਤੋਂ ਪਹਿਲਾਂ ਕਿ ਰਾਤ ਬਰਾਤੀ ਟਿਮਕਣ ਤਾਰੇ ਸਾਧ ਸਦੀਮੀ ਹਿਜਰਾਂ ਮਾਰੇ, ਸੱਚਾ ਪਿਆਰ ਹੈ ਰੁੱਖ ਪੀਪਲ ਦਾ ਸ਼ਰਧਾ ਜੋਗਾ ਪੂਜਣ ਜੋਗਾ, ਖਬਰ ਨਹੀਂ ਔੜ ਪਵੇ ਕਿਸ ਗਲੀ ਮੁਹੱਲੇ ਚੌਕ ਚੁਬਾਰੇ, ਰਾਤ ਬਰਾਤੀ ਟਿਮਕਣ ਤਾਰੇ। ਤੁਹਾਡਾ ਪਿਆਰ ਬਹੁਤ ਬਹੁਤ ਸ਼ੁਕਰੀਆ। ਅਤੇ ਮੈਂ ਸੁਣਾਉਣਾ ਇਹ ਚਾਹੁੰਦਾ ਸੀ ਕਿਉਂਕਿ ਮੈਂ ਸੋਚਿਆ ਥੋੜ੍ਹਾ ਜਿਹਾ ਪੰਜਾਬੀ ਸੁਣਾ ਦਾ, ਨਹੀਂ ਤਾਂ ਤੁਹਾਨੂੰ ਲੱਗੇਗਾ ਪਤਾ ਨਹੀਂ ਮੈਨੂੰ ਪੰਜਾਬੀ ਆਉਂਦੀ ਹੈ ਪਤਾ ਨਹੀਂ ਆਉਂਦੀ। ਅਤੇ ਸੁਣਾਉਣਾ ਮੈਂ ਇਹ ਚਾਹ ਰਿਹਾ ਸੀ, ਗਾਮ ਕੀ ਗਲੀਆਂ ਪੂਛ ਰਹੀ ਹੈ ਕਹਾਂ ਰਹੇ ਤੁਮ ਇਤਨੇ ਦਿਨ, ਗਾਮ ਕੀ ਗਲੀਆਂ ਪੂਛ ਰਹੀ ਹੈ ਕਹਾਂ ਰਹੇ ਤੁਮ ਇਤਨੇ ਦਿਨ, ਨਿੰਮੋ ਕੀ ਤੋ ਸ਼ਾਦੀ ਹੋ ਗਈ ਹਾਰ ਗਈ ਥੀ ਦਿਨ ਗਿਨ ਕੇ, ਬਹੁਤ ਦੇਰ ਤੱਕ ਰਸਤਾ ਦੇਖਾ ਗਾਮ ਕੋ ਖੁਦ ਪੇ ਹੰਸਤਾ ਦੇਖਾ, ਉਸੇ ਯਕੀਨ ਥਾ ਲੌਟੋਗੇ ਤੁਮ, ਤੁਮ ਤੋ ਹੋ ਗਏ ਸ਼ਹਿਰ ਨਹੀਂ ਗੁਮ, ਉਸੇ ਯਕੀਨ ਥਾ ਲੌਟੋਗੇ ਤੁਮ, ਤੁਮ ਤੋ ਹੋ ਗਏ ਸ਼ਹਿਰ ਮੇਂ ਗੁਮ, ਟੂਟ ਗਈ ਫਿਰ ਵੋ ਬੇਚਾਰੀ ਇੰਤਜ਼ਾਰ ਮੇਂ ਸਭ ਕੁਛ ਹਾਰੀ, ਖੁਦ ਸੇ ਖੁਦ ਹੀ ਗਈ ਵੋ ਛਿਨ ਕਹਾਂ ਰਹੇ ਤੁਮ ਇਤਨੇ ਦਿਨ। ਏਕ ਮੋੜ ਸੇ ਮਿਲਾ ਥਾ ਕਲ ਮੈਂ, ਉਸਕੇ ਪਾਸ ਰੁਕਾ ਇੱਕ ਪਲ ਮੈਂ, ਪੂਛਾ ਕੈਸੇ ਹੋ ਤੁਮ ਭਾਈ, ਕੈਸੇ ਇਤਨੇ ਸਾਲ ਬਿਤਾਈ, ਮੋੜ ਬੂੜਾ ਸਾ ਹੁਆ ਪੜਾ ਥਾ ਲੇਕਿਨ ਅਬ ਵੀ ਵਹੀ ਖੜਾ ਥਾ, ਮੋੜ ਬੂੜਾ ਸਾ ਹੁਆ ਪੜਾ ਥਾ ਲੇਕਿਨ ਅਬ ਵੀ ਵਹੀ ਖੜਾ ਥਾ, ਮੁਝਕੋ ਵੋ ਪਹਿਚਾਨ ਨਾ ਪਾਇਆ ਮੈਨੇ ਆਪਣਾ ਨਾਮ ਬਤਾਇਆ, ਮੋੜ ਖੁਸ਼ੀ ਸੇ ਛੂਮ ਉਠਾ ਤਬ ਬੋਲਾ ਪੜ੍ਹਾ ਹੈ ਤੇਰੇ ਬਾਰੇ ਮੈਂ ਸਭ, ਹੋ ਗਏ ਹੋ ਤੁਮ ਬੜੇ ਆਦਮੀ ਇਨਸਾਂ ਹੋ ਯਾ ਫਲ ਹੋ ਮੌਸਮੀ, ਏਕ ਸਾਲ ਮੇਂ ਏਕ ਹੀ ਫੇਰਾ ਗਾਓ ਮੇਂ ਵੀ ਤੋ ਘਰ ਹੈ ਤੇਰਾ।
साल में एक ही फेरा गांव में भी तो घर है तेरा, निम्मो ये बोला करती थी, जाने कैसे जरती थी, चली गई वो अब लेके, मोड़ भी मुझसे पूछ रहा था कहां रहे तुम इतने दिन। निम्मो गांव की सड़क थी कच्ची, निम्मो गांव की सड़क थी कच्ची, जिसको मेरे बिन रोना था, एक दिन पक्का होना था, अच्छा हुआ कि पक्की हो गई, गांव में चलो तरक्की हो गई, हां पर मेरी निम्मो खो गई। बहुत मुबारक, बहुत शुक्रिया, बहुत धन्यवाद, बहुत तरक्की। ਸਰ ਤੁਹਾਡੀ ਇੱਥੇ ਆਮਦ ਦਾ ਸੀ ਮਤਲਬ ਕੋਈ ਮੁੱਲ ਤਾਂ ਨਹੀਂ ਤਾਰ ਸਕਦੇ, ਪਰ ਇਹ ਵੀ ਜਦੋਂ ਜਦੋਂ ਤੁਸੀਂ ਇਸ ਟਰਾਫੀ ਨੂੰ ਦੇਖੋਗੇ ਤੁਹਾਨੂੰ ਸਾਡੀ ਯਾਦ ਜ਼ਰੂਰ ਆਊਗੀ ਕਿ ਯਾਰ ਕਿਆ ਸੀ। ਉਹ ਤਾਂ ਅਸੀਂ ਧੱਕੇ ਨਾਲ ਕਰਾਉਂਦੇ ਹਾਂ ਯਾਦ ਤੁਹਾਨੂੰ, ਅਸੀਂ ਆਪਣੀ ਠੁੱਗੇ ਮਾਰ ਕੇ ਲਵ ਯੂ ਸਰ।